ਟੈਕਨੋਲੋਜੀ ਦੇ ਐਡਵਾਂਸ ਹੋਣ ਦੇ ਨਾਲ ਅਤੇ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਜਿੱਥੇ ਹੀ ਕਈ ਕੰਮ ਸੌਖੇ ਹੋ ਗਏ ਨੇ ਉੱਥੇ ਹੀ ਕਈ ਲੋਕ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਕੇ ਨੈਗੇਟਿਵਿਟੀ ਫੈਲਾ ਰਹੇ ਨੇ ਤੇ ਇਸੇ ਤਰ੍ਹਾਂ ਦਾ ਹੀ ਹੋਇਆ ਹਾਲ ਹੀ ਦੇ ਵਿੱਚ ਮਸ਼ਹੂਰ ਪੰਜਾਬੀ ਐਕਟਰੈਸ ਮੈਂਡੀ ਤੱਕਰ ਦੇ ਨਾਲ। ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇੱਕ ਅਸ਼ਲੀਲ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਵੀਡੀਓ ਮੈਂਡੀ ਤੱਕਰ ਦੀ ਹੈ ਅਤੇ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਂਡੀ ਤੱਕਰ ਨੂੰ ਕਾਫੀ ਜ਼ਿਆਦਾ ਬੁਰਾ ਭਲਾ ਕਿਹਾ ਜਾ ਰਿਹਾ ਹੈ ਅਤੇ ਹੁਣ ਅਖੀਰ ਮੈਂਡੀ ਤੱਕਰ ਨੇ ਇਸ ਵੀਡੀਓ ਦੇ ਉੱਤੇ ਆਪਣੀ ਚੁੱਪ ਤੋੜੀ। ਹਾਲ ਹੀ ਵਿੱਚ ਮੈਂਡੀ ਤੱਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਇੱਕ ਸਟੇਟਸ ਪਾ ਕੇ ਆਪਣੇ ਦਿਲ ਦੀ ਗੱਲ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ। ਮੈਂਡੀ ਤੱਕਰ ਨੇ ਪੋਸਟ ਪਾਉਂਦਿਆਂ ਲਿਖਿਆ, ਵੀਡੀਓ ਫੇਕ ਹੈ, ਸਾਰਿਆਂ ਨੂੰ ਪਤਾ ਵੀ ਹੈ ਪਰ ਹੋਰ ਵਾਇਰਲ ਕਰਨ ਦਾ ਕੰਮ ਹੀ ਨਹੀਂ ਮੁੱਕ ਰਿਹਾ ਤੁਹਾਡਾ। ਵਾਹ ਵੱਡੇ ਪੰਜਾਬੀਓ, ਸਪੋਰਟ ਕਰਨ ਵਾਲਿਆਂ ਦਾ ਦਿਲੋਂ ਥੈਂਕ ਯੂ। ਜੋ ਲੋਕ ਮੈਨੂੰ ਮੈਸੇਜ ਕਰਕੇ ਗੰਦ ਬੋਲ ਰਹੇ ਨੇ, ਰਿਮੈਂਬਰ ਧੀਆਂ ਅਤੇ ਭੈਣਾਂ ਸਭ ਦੇ ਘਰ ਨੇ। ਮੈਂ ਤਾਂ ਹੈ ਹੀ ਸਟਰੋਂਗ ਪਰ ਹਰ ਕੋਈ ਨਹੀਂ ਹੁੰਦਾ। ਬੀ ਕੇਅਰਫੁਲ ਹੈਸ਼ਟੈਗ ਸਾਈਬਰ ਕ੍ਰਾਈਮ। ਇਹੀ ਨਹੀਂ, ਇਸ ਪੋਸਟ ਦੇ ਪਾਉਣ ਤੋਂ ਬਾਅਦ ਮੈਂਡੀ ਤੱਕਰ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਦਿਲ ਦਾ ਨਹੀਂ ਮਾੜਾ ਕਹੇ ਜਾਣ ਵਾਲੇ ਸਿੱਧੂ ਮੂਸੇਵਾਲੇ ਨੇ ਵੀ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, ਬੁਰਾ ਕਦੇ ਕਿਸੇ ਨਾਲ ਵੀ ਹੋ ਸਕਦਾ, ਸਹਾਰੇ ਬਣੋ, ਤਮਾਸ਼ੇ ਨਹੀਂ। ਅਤੇ ਸਿੱਧੂ ਮੂਸੇਵਾਲੇ ਤੋਂ ਬਾਅਦ ਬਾਲੀਵੁੱਡ ਅਤੇ ਪੋਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਵੀ ਮੈਂਡੀ ਤੱਕਰ ਨੂੰ ਸਪੋਰਟ ਕੀਤੀ ਅਤੇ ਉਸ ਤੋਂ ਬਾਅਦ ਕਰਨ ਔਜਲਾ, ਨੀਰੂ ਬਾਜਵਾ, ਐਮੇ ਵਿਰਕ, ਸੋਨਮ ਬਾਜਵਾ, ਨਿਮਰਤ ਖਹਿਰਾ, ਗਿੱਲ ਰੌਂਤਾ, ਪੰਜਾਬੀ ਫਿਲਮ ਅਦਾਕਾਰਾ ਤਾਨੀਆ ਅਤੇ ਵਾਮਿਕਾ ਗੱਬੀ ਨੇ ਵੀ ਮੈਂਡੀ ਤੱਕਰ ਦੀ ਸਪੋਰਟ ਕੀਤੀ। ਸੋ ਹੁਣ ਤੁਹਾਡਾ ਕੀ ਕਹਿਣਾ ਇਸ ਵੀਡੀਓ ਨੂੰ ਦੇਖ ਕੇ ਮੈਂਡੀ ਤੱਕਰ ਬਾਰੇ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਅਖੀਰ ਚੈਨਲ ਸਤਰੰਗ ਵੀ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਇਹੋ ਬੇਨਤੀ ਕਰਦਾ ਕਿ ਗਲਤ ਚੀਜ਼ਾਂ ਦਾ ਹਮੇਸ਼ਾ ਵਿਰੋਧ ਕਰੋ, ਨਾ ਕਿ ਉਹਨਾਂ ਦਾ ਸਾਥ ਦਿਓ। ਸੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਨਵੇਂ ਅਪਡੇਟ ਆਉਣ ਵਾਲੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਲਓ ਅਤੇ ਨਾਲ ਦੀ ਨਾਲ ਇਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਣਾ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ .com।